ਮੇਰੀ ਬੇਟੀ ਪੈਦਾ ਹੋਈ ਨਾ ਤਾਂ ਉਹ ਬੋਲ ਸਕਦੀ ਸੀ ਸਹੀ ਤਰੀਕੇ ਨਾਲ ਅਤੇ ਨਾ ਹੀ ਉਹ ਚੱਲ ਫਿਰ ਸਕਦੀ ਸੀ ਔਰ 12 ਸਾਲ ਤੱਕ ਉਹ ਇਸੇ ਤਰ੍ਹਾਂ ਹੀ ਬੈੱਡ 'ਤੇ ਰਹੀ ਬੇਬੀ ਜਦੋਂ ਡਿਲੀਵਰ ਹੋਇਆ ਉਹ ਡੈਡ ਸੀ ਬੇਬੀ ਬੋਇਸ ਹਾਂਜੀ ਬੇਬੀ ਬੋਇਸ ਮੈਨੂੰ ਕਿਹਾ ਤੇਰੇ ਕਲਾਮ ਮੈਂ ਖੁਦਾਵਾਂ ਲਿਖਾ ਹੋਇਆ ਕਿ ਤੇਰੇ ਅੱਗੇ ਕੋਈ ਚੀਜ਼ ਮੁਸ਼ਕਿਲ ਨਹੀਂ ਹੈ ਤੋ ਕਿਆ ਇਹ ਨਹੀਂ ਹੋ ਸਕਦਾ ਕਿ ਜਬ ਮੇਰਾ ਅਲਟਰਾਸਾਊਂਡ ਹੋ ਮੇਰੀ ਯੂਟਰਸ 'ਚ ਕੁਛ ਵੀ ਨਾ ਹੋਏ ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹੀ ਔਰ ਵੈਲਕਮ ਟੂ ਦ ਪ੍ਰੋਗਰਾਮ ਜੀ ਆਇਆਂ ਨੂੰ The Old Testament, you know, speaks of several women who dedicated their homes, vocation, and unselfish service to God's church and their families, setting an example for today's women. Aaj mere mehmaan idhi hai, Sister Margaret ji. Jinnan nu milke tusi bade khush hovonge aur badi barkat paonge. Sister Margaret ek nurse bhi hai, widow bhi hai, dadi bhi hai, nanni bhi hai aur maa bhi hai aur gaande bhi hai. Sister Margaret is a retired nurse. Nursing is not just a job. Being a professional nurse means the patients in your care must be able to trust you. It means being up to date with the best practice. It means treating your parents and colleagues with dignity, kindness, respect and compassion. Aaj apa Margaret ji naal gallan baatan karniya aur inna to gaana vi sunna aur khuda da kalam vi sunange. Jai Masih ki aur welcome to the program meri pehn. Jai Masih di. Dekho ji Margaret ਕਿੰਨਾ ਸੋਹਣਾ ਨਾਂ ਹੈ ਔਰ ਜਿਹੜਾ ਨਾਮ ਮਾਰਗਰੇਟ ਆ ਇਹ 11ਵੀਂ ਸੈਂਚਰੀ ਦੇ ਵਿੱਚ ਕਹਿੰਦੇ ਸ਼ੁਰੂ ਕੀਤਾ ਸੀਗਾ ਤਾਂ ਤੁਸੀਂ ਮੈਨੂੰ ਦੱਸੋ ਸਿਸਟਰ ਮਾਰਗਰੇਟ ਵੀ ਤੁਹਾਡਾ ਨਾਮ ਪਾਕਿਸਤਾਨ ਦੇ ਵਿੱਚ ਪੈਦਾਇਸ਼ ਹੋ ਕੇ ਇਹ ਕਿੰਨੇ ਤੁਹਾਡਾ ਨਾਂ ਰੱਖ ਦਿੱਤਾ ਮੇਰੇ ਮਾਂ ਪਿਓ ਨੇ ਰੱਖਿਆ ਅਤੇ ਮੇਰੇ ਮਾਂ ਦੇ ਇੱਕ ਦੋਸਤ ਸੀ ਉਹਦੀ ਬੇਟੀ ਨੇ ਕਿਹਾ ਜਦੋਂ ਮੈਂ ਪੈਦਾ ਹੋਈ ਉਹਦੀ ਬੇਟੀ ਨੇ ਕਿਹਾ ਕਿ ਇਹਨਾਂ ਦਾ ਨਾਂ ਤੁਸੀਂ ਮਾਰਗਰੇਟ ਰੱਖੋ ਤਾਂ ਫਿਰ ਉਹਨਾਂ ਨੇ ਮੇਰਾ ਨਾਮ ਮਤਲਬ ਜਦੋਂ ਕੈਥਲਿਕ 'ਚ ਤਾਂ ਤੁਹਾਨੂੰ ਪਤਾ ਕਿ ਫਾਦਰ ਬੈਪਟਿਜ਼ਮ ਕਰਦੇ ਨੇ ਪਾਣੀ ਦੇ ਨਾਲ ਮਤਲਬ ਥੋੜ੍ਹਾ ਜਿਹਾ ਪਾਣੀ ਸਿਰ 'ਤੇ ਪਾ ਕੇ ਅਤੇ ਬੈਪਟਿਜ਼ਮ ਕਰਦੇ ਨੇ ਅਤੇ ਉਹਨਾਂ ਨੇ ਮੇਰਾ ਨਾਂ ਦਿੱਤਾ ਕਿ ਇਹ ਰੱਖਣਾ ਨਾਂ ਮਾਰਗਰੇਟ ਅਤੇ ਮੇਰੇ ਘਰ ਦੇ ਲਾਗੇ ਚਰਚ ਵੀ ਸੀ ਸਕੂਲ ਵੀ ਸੀ ਚਰਚ ਮੈਂ ਸੁਬਹਾ 6 ਵਜੇ ਚਰਚ ਹੁੰਦਾ ਸੀ ਕੈਥਲਿਕ ਵਾਲਿਆਂ ਦਾ ਅਤੇ 7 ਵਜੇ ਤੱਕ ਖਤਮ ਹੋ ਜਾਂਦਾ ਸੀ ਘੰਟਾ ਸਿਰਫ ਕਿਉਂਕਿ ਉਹਨਾਂ ਦਾ ਫਿਕਸ ਟਾਈਮ ਹੁੰਦਾ ਕਿ ਇੰਨੇ ਟਾਈਮ ਦੇ ਵਿੱਚ ਚਰਚ ਖਤਮ ਕਰਨਾ ਅਤੇ ਆ ਕੇ ਫਿਰ ਸਾਡੀ ਮਾਂ ਨੇ ਨਾਸ਼ਤਾ ਨੁਸ਼ਤਾ ਤਿਆਰ ਕੀਤਾ ਹੁੰਦਾ ਸੀ ਅਸੀਂ ਚੁੱਲ੍ਹੇ ਦੇ ਅੱਗੇ ਬਹਿ ਕੇ ਅਤੇ ਨਾਸ਼ਤਾ ਕਰਨਾ ਉਸ ਤੋਂ ਬਾਅਦ ਜਾਣਾ ਆਪਣਾ ਸਕੂਲ ਅਤੇ ਸਕੂਲ ਤੋਂ ਵਾਪਸ ਆਉਣਾ ਅਤੇ ਫਿਰ ਵੀ ਇਸੇ ਤਰ੍ਹਾਂ ਹੀ ਖਾਣਾ ਖੁਣਾ ਤਿਆਰ ਹੋਣਾ ਖਾ ਕੇ ਅਤੇ ਸ਼ਾਮ ਨੂੰ ਥੋੜ੍ਹਾ ਬਹੁਤ ਜਿਹੜੀ ਸਟੱਡੀ ਕਰਨੀ ਹੁੰਦੀ ਸੀ ਉਹ ਕਰਕੇ ਅਤੇ ਸੌਂ ਜਾਂਦੇ ਸਾਂ ਬਹੁਤ ਐਸ਼ ਕੀਤੀ ਫਿਰ ਬਚਪਨ ਦੇ ਵਿੱਚ ਹਾਂਜੀ ਕਿਸ ਇਲਾਕੇ ਦੇ ਵਿੱਚ ਰਹਿੰਦੇ ਸੀ ਪਾਕਿਸਤਾਨ ਦੇ ਵਿੱਚ ਇਹ ਸਾਂਗਲਾ ਹਿੱਲ ਇਹ ਉਸ ਵਕਤ ਇੱਕ ਛੋਟਾ ਜਿਹਾ ਕਸਬਾ ਸੀ ਟੌਨ ਸੀ ਲੇਕਿਨ ਹੁਣ ਤਾਂ ਕਾਫੀ ਵੱਡਾ ਹੋ ਗਿਆ ਸਿਸਟਰ ਜੀ ਜਦੋਂ ਤੁਸੀਂ ਕਹਿੰਦੇ ਵੀ ਤੁਸੀਂ ਪਾਕਿਸਤਾਨ ਦੇ ਮੁਲਕ ਦੇ ਵਿੱਚ ਰਹਿੰਦੇ ਸੀਗੇ ਅੱਜ ਕੱਲ੍ਹ ਸੁਣੀਦਾ ਹੈਗਾ ਕਿ ਕਿੰਨੀ ਪਰਸੀਕਿਊਸ਼ਨ ਹੋ ਰਹੀ ਹੈਗੀ ਆ ਕਿ ਕ੍ਰਿਸਚਨਸ ਦੇ ਖਿਲਾਫ ਜਦੋਂ ਤੁਸੀਂ ਬਚਪਨ ਦੇ ਵਿੱਚ ਉੱਠ ਰਹੇ ਸੀ ਪੜ੍ਹਾਈ ਲਿਖਾਈ ਕਰ ਰਹੇ ਸੀਗੇ ਔਰ ਐਡਲਟ ਵੀ ਹੋਏ ਤਾਂ ਤੁਸੀਂ ਇੱਦਾਂ ਦਾ ਕੋਈ ਮਾਹੌਲ ਦੇਖਿਆ ਸੀ ਕਿ ਜਿੱਥੇ ਪਰਸੀਕਿਊਸ਼ਨ ਖਾਸ ਕਰਕੇ ਮਸੀਹੀ ਬੰਦਿਆਂ ਨਾਲ ਨਹੀਂ ਉਸ ਵਕਤ ਨਹੀਂ ਸੀ ਉਸ ਵਕਤ ਤਾਂ ਸਾਰੇ ਮੁਸਲਿਮ ਭਾਈ ਵੀ ਨਾਲ ਮਤਲਬ ਸਾਡੇ ਜਿੱਥੇ ਅਸੀਂ ਰਹਿੰਦੇ ਸਾਂ ਕਾਫੀ ਮੁਸਲਿਮ ਰਹਿੰਦੇ ਸਨ ਅਤੇ ਲੇਕਿਨ ਆਪਸ ਦੇ ਵਿੱਚ ਭੈਣ ਭਰਾਵਾਂ ਵਾਂਗ ਰਹਿੰਦੇ ਸੀ ਕੋਈ ਉਹ ਨਹੀਂ ਕਿ ਇਹ ਮੁਸਲਿਮ ਨੇ ਜਾਂ ਮਤਲਬ ਇਹ ਕ੍ਰਿਸਚਨ ਨੇ ਅਤੇ ਕਦੀ ਨਹੀਂ ਸਿੱਖੀਤਾ ਕਿਉਂਕਿ ਜਿਸ ਤਰ੍ਹਾਂ ਈਦ ਵਗੈਰਾ ਉਹਨਾਂ ਦੀ ਆਉਣੀ ਹੈ ਉਹਨਾਂ ਨੇ ਆਪਣਾ ਸਾਡੇ ਘਰ 'ਚ ਆਉਣਾ ਅਸੀਂ ਸਾਡਾ ਕ੍ਰਿਸਮਿਸ ਆਉਣਾ ਅਤੇ ਅਸੀਂ ਜਾਣਾ ਮਤਲਬ ਉਹਨਾਂ ਨੂੰ ਦੇ ਕੇ ਆਉਣਾ ਕੁਛ ਨਾ ਕੁਛ ਜੋ ਵੀ ਪਕਾਉਣਾ ਖਾਣਾ ਜੋ ਵੀ ਹੁੰਦਾ ਸੀ ਅਤੇ ਸਾਰੇ ਆਪਣਾ ਆਪਸ 'ਚ ਦੇ ਪਿਆਰ ਮੁਹੱਬਤ ਦੇ ਵਿੱਚ ਹੁੰਦੇ ਸੀਗੇ ਸਿਸਟਰ ਜੀ ਫਿਰ ਤੁਹਾਡੀ ਪੜ੍ਹਾਈ ਲਿਖਾਈ ਕਿੱਦਾਂ ਹੋਈ ਤਾਂ ਤੁਸੀਂ ਨਰਸ ਕਿੱਦਾਂ ਬਣ ਗਿਆ ਬਈ ਮੈਂ ਨਰਸ ਇਸ ਤਰੀਕੇ ਨਾਲ ਬਣੀ ਕਿ ਮੈਂ ਮੈਟ੍ਰਿਕ ਕਰ ਲਿਆ ਅਤੇ ਮੈਟ੍ਰਿਕ 'ਚ ਮੈਂ ਕਾਫੀ ਮਤਲਬ ਮਿਹਨਤ ਕੀਤੀ ਕਿਉਂਕਿ ਪਹਿਲਾਂ ਤਾਂ ਕਾਫੀ ਹੁੰਦਾ ਸੀ ਕਿ ਹੁਣ ਤਾਂ ਲੋਕ ਟਿਊਸ਼ਨਾਂ ਰੱਖਦੇ ਨੇ ਕਿ ਕਿਉਂਕਿ ਮੇਰੇ ਮਾਂ ਪਿਓ 'ਚ ਇੰਨੀ ਹਿੰਮਤ ਨਹੀਂ ਸੀ ਕਿ ਟਿਊਸ਼ਨ ਰੱਖਦੇ ਅਤੇ ਮੈਂ ਘਰ ਹੀ ਪੜ੍ਹਿਆ ਔਰ ਆਪਣੀ ਮਿਹਨਤ ਦੇ ਨਾਲ ਹੀ ਮੈਂ ਮਤਲਬ ਮੈਟ੍ਰਿਕ ਕੀਤਾ ਅਤੇ
ਉਸ ਤੋਂ ਬਾਅਦ ਫਿਰ ਮੈਂ ਘਰ ਸਾਂ ਅਤੇ ਮੈਂ ਕੀ ਕਰਨਾ ਮੈਂ ਅਤੇ ਮੇਰੀ ਇੱਕ ਨਨ ਸਿਸਟਰ ਸੀ ਕਹਿੰਦੀ ਕਿ ਮਾਰਗਰੇਟ ਤੂੰ ਕੀ ਕਰਨੀ ਹੈ ਘਰ ਦੇ ਵਿੱਚ ਤੂੰ ਇਕੱਲੀ ਹੀ ਰਹਿੰਦੀ ਹੈ ਇਹ ਮਤਲਬ ਨਾ ਕੋਈ ਕੰਮ ਵੀ ਮਾਂ ਨੇ ਕਰ ਦੇਣਾ ਅਤੇ ਮੈਂ ਤਾਂ ਵਿਹਲਮ ਵਿਹਲੀ ਅਤੇ ਉਹ ਨਾ ਫਿਰ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਕੋਲ ਆਇਆ ਕਰ ਜੇ ਤੂੰ ਨਰਸਿੰਗ ਕਰਨੀ ਹੈ ਤੈਨੂੰ ਸ਼ੌਕ ਹੈ ਨਰਸਿੰਗ ਦਾ ਅਤੇ ਜੇ ਤੂੰ ਨਰਸਿੰਗ ਕਰਨੀ ਹੈ ਤਾਂ ਆ ਮੈਂ ਤੈਨੂੰ ਨਾ ਮੈਡੀਸਨ ਕੁਛ ਦੱਸਾਂਗੀ ਅਤੇ ਨਾਲੇ ਅਸੀਂ ਨਾ ਗੀਤ ਵੀ ਗਾਵਾਂ ਕਰਾਂਗੇ ਹਾਂਜੀ ਗਾਉਣ ਦਾ ਸ਼ੌਕ ਵੀ ਉੱਥੋਂ ਹੀ ਆਇਆ ਉੱਥੋਂ ਹੀ ਹਾਂਜੀ ਅਤੇ ਮੈਂ ਜਾਣਾ ਸ਼ੁਰੂ ਕਰ ਦਿੱਤਾ ਤਿੰਨ ਚਾਰ ਮਹੀਨੇ ਮੈਂ ਜਾਂਦੀ ਰਹੀ ਉੱਥੇ ਨਾਲ ਹੀ ਤਾਂ ਹੈ ਸੀ ਡਿਸਪੈਂਸਰੀ ਸੀ ਉਹਨੇ ਖੋਲ੍ਹੀ ਨਾ ਬਹੁਤ ਹੀ ਜਿੱਦਾਂ ਕਹਿੰਦੇ ਹੁੰਦੇ ਬੜੇ ਬੜਾ ਪਿਆਰ ਨਾਲ ਬੜੇ ਲਾਡ ਨਾਲ ਤੁਹਾਨੂੰ ਪਾਲਿਆ ਗਿਆ ਹਾਂਜੀ ਅੱਛਾ ਜੀ ਫਿਰ ਤੁਸੀਂ ਲਿਬੀਆ ਕਿੱਦਾਂ ਪਹੁੰਚੇ ਲਿਬੀਆ ਫਿਰ ਇਹਨਾਂ ਨੇ ਮੈਨੂੰ ਮਤਲਬ ਕਿ ਨਰਸ਼ੀ ਦੇ ਪਾਪਾ ਨੇ ਕਿਹਾ ਕਿ ਤੁਸੀਂ ਆਪਣਾ ਪਾਸਪੋਰਟ ਬਣਵਾਓ ਅਤੇ ਮੈਂ ਮਤਲਬ ਮੈਨੂੰ ਭੇਜੋ ਤਾਂ ਕਿ ਮੈਂ ਵੀਜ਼ੇ ਲਈ ਅਪਲਾਈ ਕਰਾਂ ਅਤੇ ਉੱਥੇ ਪਹੁੰਚ ਗਏ ਤਾਂ ਫਿਰ ਬੱਚੇ ਕਿਸ ਤਰ੍ਹਾਂ ਕਦੋਂ ਹੋਏ ਬੱਚੇ ਮੈਂ ਜਦੋਂ ਗਈ ਹਾਂ ਅਤੇ ਮਤਲਬ ਆਫਟਰ ਵਨ ਮੰਥ ਆਈ ਬਿਕਮ ਪ੍ਰੈਗਨੈਂਟ ਅੱਛਾ ਤੁਸੀਂ ਪ੍ਰੈਗਨੈਂਟ ਹਾਂਜੀ ਔਰ ਉਹ ਮੇਰੀ ਬੇਟੀ ਪੈਦਾ ਹੋਈ ਬਿਲਕੁਲ ਨਾਰਮਲ ਠੀਕ ਠਾਕ ਹੋਈ ਹੈ ਲੇਕਿਨ ਦੋ ਤਿੰਨ ਦਿਨ ਬਾਅਦ ਉਹਨੂੰ ਜੁਆਇੰਡਸ ਹੋ ਗਿਆ ਅਤੇ ਉਸ ਤੋਂ ਬਾਅਦ ਉਹ ਆਪਣਾ ਨਾਂ ਤਾਂ ਉਹ ਬੋਲ ਸਕਦੀ ਸੀ ਸਹੀ ਤਰੀਕੇ ਨਾਲ ਅਤੇ ਨਾ ਹੀ ਉਹ ਚੱਲ ਫਿਰ ਸਕਦੀ ਸੀ ਔਰ 12 ਸਾਲ ਤੱਕ ਉਹ ਇਸੇ ਤਰ੍ਹਾਂ ਹੀ ਬੈੱਡ 'ਤੇ ਰਹੀ ਹੈ ਹਾਂਜੀ ਬੜਾ ਦੁੱਖ ਹਾਂਜੀ ਸਮਝ ਉਹਨੂੰ ਸਾਰੀ ਸੀ ਹਰ ਚੀਜ਼ ਨੂੰ ਸਮਝਦੀ ਸੀ ਲੇਕਿਨ ਸਿਰਫ ਕਿ ਉਹ ਇੱਕ ਮਾਂ ਹੋ ਕੇ ਤੁਸੀਂ ਬੱਚੇ ਨੂੰ ਦੇਖ ਨਹੀਂ ਸਕਦੇ ਦੁੱਖ ਉਹਨਾਂ ਦਾ ਦੇਖ ਨਹੀਂ ਸਕਦੇ ਹਾਂਜੀ ਤਾਂ ਫਿਰ ਉਹ ਬੱਚੀ ਜਦੋਂ 10 ਕੁ ਮਹੀਨਿਆਂ ਦੀ ਹੋਈ ਸੀ ਫਿਰ ਕੀ ਹੋਇਆ ਉਹਨਾਂ ਫਿਰ ਮੈਂ ਨਾ ਮੇਰੇ ਸਿਸਟਰ ਨਾਲ ਪਾਕਿਸਤਾਨ ਗਏ ਅਤੇ ਉਹਨਾਂ ਦੇ ਹੱਥ ਮਤਲਬ ਮੈਂ ਭੇਜ ਦਿੱਤੀ ਤੁਸੀਂ ਬੱਚੇ ਨੂੰ ਭੇਜ ਦਿੱਤਾ ਹਾਂਜੀ ਅਤੇ ਤਾਂ ਮਤਲਬ ਆਪਣਾ ਦਿਲ ਦਾ ਟੁਕੜਾ ਤੁਸੀਂ ਕੱਢ ਕੇ ਤਾਂ ਤੋੜ ਦਿੱਤੀ ਹਾਂਜੀ ਕਿਸ ਤਰ੍ਹਾਂ ਮਾਹੌਲ ਕਿਸ ਤਰ੍ਹਾਂ ਤੁਹਾਡਾ ਦਿਲ ਕੀ ਫੀਲਿੰਗਸ ਫੀਲਿੰਗ ਤਾਂ ਤੁਹਾਨੂੰ ਪਤਾ ਕਿ ਸਭ ਮਾਂ ਜਾਣਦੇ ਹੈ ਕਿ ਫੀਲਿੰਗ ਕੀ ਹੁੰਦੀ ਹੈ ਜੀ ਜੀ ਹਾਂਜੀ ਕਿ ਇੱਕ ਬੱਚੇ ਨੂੰ ਆਪਣੇ ਕੋਲੋਂ ਅਲੈਦਾ ਕਰ ਦੇਣਾ ਬਹੁਤ ਹਾਰਡ ਚੀਜ਼ ਹੈ ਲੇਕਿਨ ਉਸ ਵਕਤ ਇਹ ਸੀ ਕਿ ਮੈਂ ਡਿਊਟੀ ਸ਼ੁਰੂ ਕਰ ਲਈ ਸੀ ਡਿਊਟੀ ਕਰਦੀ ਸਾਂ ਮੇਰੇ ਹਸਬੈਂਡ ਵੀ ਡਿਊਟੀ ਕਰਦੇ ਸਨ ਅਤੇ ਲੁੱਕ ਆਫਟਰ ਕਰਨ ਲਈ ਕੋਈ ਨਹੀਂ ਸੀ ਕਿਉਂਕਿ ਨਾਰਮਲ ਬੱਚੇ ਨੂੰ ਤਾਂ ਹਰ ਕੋਈ ਕਰ ਲੈਂਦਾ ਲੇਕਿਨ ਅਬ ਨਾਰਮਲ ਬੱਚੇ ਨੂੰ ਕੋਈ ਨਹੀਂ ਸੰਭਾਲ ਸਕਦਾ ਅਤੇ ਫਿਰ ਅਸੀਂ ਦੋਵਾਂ ਨੇ ਸਲਾਹ ਕੀਤੀ ਕਿ ਅਸੀਂ ਬਿਹਤਰ ਕਿ ਇਹਨੂੰ ਪਾਕਿਸਤਾਨ ਭੇਜਦੇ ਹਾਂ ਤਾਂ ਕਿ ਮਤਲਬ ਉੱਥੇ ਮੇਰੀ ਨੰਦ ਵੀ ਸੀ ਮੇਰੇ ਮਤਲਬ ਮਦਰ ਇਨ ਲਾਅ ਵੀ ਸੀ ਮੇਰੇ ਫਾਦਰ ਇਨ ਲਾਅ ਵੀ ਸਨ ਅਤੇ ਸਾਰੇ ਮਿਲ ਕੇ ਉਹਨੂੰ ਸੰਭਾਲ ਸਕਦੇ ਸਨ ਉਹਨਾਂ ਨੇ ਕਿਹਾ ਕਿ ਮਤਲਬ ਤੁਸੀਂ ਭੇਜ ਦਿਓ ਕੋਈ ਨਹੀਂ ਅਤੇ ਲੈ ਕੇ ਗਏ ਫਿਰ ਕਾਫੀ ਮੇਰੀ ਨੰਦ ਨੇ ਕਾਫੀ ਉਹਦੀ ਦੇਖਭਾਲ ਕੀਤੀ ਹਾਂਜੀ ਬਹੁਤ ਦੇਰ ਤੱਕ ਇੱਕ ਬਲੈਸਿੰਗ ਸੀਗੀ ਕਿ ਤੁਹਾਡੀ ਫੈਮਿਲੀ ਦੇ ਵਿੱਚ ਇੱਕ ਤਾਂ ਸੀ ਜਿਹੜਾ ਤੁਸੀਂ ਬੱਚੇ ਨੂੰ ਉਸਨੂੰ ਪਾਲ ਕੇ ਤਾਂ ਫਿਰ ਉਹਨਾਂ ਦੀ ਡੈਥ ਹੋ ਗਈ ਜਦੋਂ 12 ਸਾਲਾਂ ਦੀ ਸੀ ਹਾਂਜੀ ਉਹ ਵੀ ਬੜਾ ਹਾਰਡ ਟਾਈਮ ਹੋਣਾ ਜੀ ਜੀ ਕਿ ਜਦੋਂ ਉਹ ਨਿਊਜ਼ ਆਈ ਹੈਗੀ ਹੈ ਤਾਂ ਪਰ ਖੁਦਾਵੰਦ ਦੀ ਤਸੱਲੀ ਦਿੰਦਾ ਹੈ ਹਾਂਜੀ ਖੁਦਾਵੰਦ ਦੀ ਤਸੱਲੀ ਦਿੰਦਾ ਕਿਉਂਕਿ ਤੁਸੀਂ ਰਿਸ਼ਤੇਦਾਰ ਭਾਵੇਂ ਜਿੰਨਾ ਮਰਜ਼ੀ ਤਸੱਲੀ ਦੇਣਗੇ ਲੇਕਿਨ ਜਦੋਂ ਖੁਦਾਵੰਦ ਵੱਲੋਂ ਤਸੱਲੀ ਆਏਗੀ ਉਦੋਂ ਹੀ ਮਿਲਦੀ ਹੈ ਤਸੱਲੀ ਫਿਰ ਉਸ ਤੋਂ ਬਾਅਦ ਕੁਛ ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋਈ ਔਰ ਚਾਰ ਪੰਜ ਮਹੀਨੇ ਹਾਂ ਪੰਜ ਮਹੀਨੇ ਇੱਥੇ ਮੈਂ ਪ੍ਰੈਗਨੈਂਟ ਤਾਂ ਮੈਂ ਡਿਊਟੀ ਕਰਦੀ ਸਾਂ ਹੋਸਪਿਟਲ ਦੇ ਵਿੱਚ ਮਟਰਨਿਟੀ ਹੋਸਪਿਟਲ 'ਚ ਮੇਰੀ ਡਿਊਟੀ ਸੀ ਅਤੇ ਵਾਰਡ ਪੋਸਟਨੇਟਲ ਵਾਰਡ ਸੀ ਜਿੱਥੇ ਕਿ ਬੱਚੇ ਦੀ ਪੈਦਾ ਹੁੰਦੇ ਨੇ ਨਾਰਮਲ ਵੀ ਅਤੇ ਸਜ਼ੇਰੀਅਨ ਵਾਲੇ ਵੀ ਸੀ ਸੈਕਸ਼ਨ ਵੀ ਹਾਂਜੀ ਅਤੇ ਇੱਕ
ਮਤਲਬ ਔਰਤ ਜਿਹੜੀ ਸੀ ਉਹ ਉੱਠੀ ਹੈ ਅਤੇ ਉਹਨੂੰ ਨਾ ਚੱਕਰ ਆਇਆ ਅਤੇ ਉਹ ਡਿੱਗ ਪਈ ਹੈ ਡਿੱਗ ਹਾਂਜੀ ਅਤੇ ਮੈਂ ਉਹਨੂੰ ਚੁੱਕ ਕੇ ਅਤੇ ਉਠਾਇਆ ਉਸ ਵਕਤ ਤਾਂ ਮੈਨੂੰ ਕੁਛ ਨਹੀਂ ਹੋਇਆ ਮੈਂ ਆਪਣੇ ਆਪ ਨੂੰ ਨਾਰਮਲ ਫੀਲ ਕਰ ਰਹੀ ਸਾਂ ਲੇਕਿਨ ਜਦ ਰਾਤ ਨੂੰ ਮੈਂ ਜਦੋਂ ਘਰ ਗਈ ਹਾਂ ਬਾਥਰੂਮ ਗਈ ਹਾਂ ਅਤੇ ਮੈਨੂੰ ਥੋੜ੍ਹੀ ਜਿਹੀ ਮਤਲਬ ਸਟੇਨ ਲੱਗਿਆ ਬਲੀਡਿੰਗ ਬਲੀਡਿੰਗ ਅਤੇ ਮੈਨੂੰ ਕਿਹਾ ਥੋੜ੍ਹੀ ਜਿਹੀ ਕੋਈ ਨਹੀਂ ਹੈ ਨੋਰਮਲ ਹੀ ਹੈ ਮੈਂ ਰੈਸਟ ਕਰਾਂਗੀ ਠੀਕ ਹੋ ਜਾਏਗਾ ਲੇਕਿਨ ਔਰ ਸੁਬਾਹ ਮੈਂ ਡਾਕਟਰ ਦੇ ਕੋਲ ਚਲੀ ਗਈ ਡਾਕਟਰ ਨੇ ਦੇਖਿਆ ਅਤੇ ਕਹਿੰਦੇ ਨਹੀਂ ਕੋਈ ਨਹੀਂ ਕੋਈ ਐਸੀ ਗੱਲ ਨਹੀਂ ਠੀਕ ਹੈ ਅਸੀਂ ਤੈਨੂੰ ਰੈਸਟ ਦਿੰਦੇ ਹਾਂ ਦੋ ਹਫ਼ਤੇ ਦਾ ਰੈਸਟ ਦਿੱਤਾ ਦੋ ਹਫ਼ਤੇ ਦੇ ਰੈਸਟ ਤੋਂ ਬਾਅਦ ਹਾਲੇ ਮੈਂ ਰੈਸਟ ਵਿੱਚ ਹੀ ਸਾਂ ਜੀ ਕਿ ਇੱਕਦਮ ਰਾਤ ਨੂੰ ਮੈਂ ਯੂਰਨ ਕਰਨ ਗਈ ਹਾਂ ਟੋਇਲਟ 'ਚ ਅਤੇ ਮੈਨੂੰ ਪਰਫਿਊਮ ਬਲੀਡਿੰਗ ਸ਼ੁਰੂ ਹੋ ਗਈ ਹਾਂਜੀ ਮੈਂ ਆਪਣੇ ਹਸਬੈਂਡ ਨੂੰ ਬੁਲਾਇਆ ਜਲਦੀ ਨਾਲ ਆਪਣਾ ਚੇਂਜ ਹੋਏ ਅਤੇ ਹੋਸਪਿਟਲ ਅਸੀਂ ਚਲੇ ਗਏ ਹਾਂਜੀ ਹੋਸਪਿਟਲ ਵੀ ਕੋਈ ਜ਼ਿਆਦਾ ਦੂਰ ਨਹੀਂ ਸੀ ਨਜ਼ਦੀਕ ਸੀ ਕੋਈ 5-10 ਮਿੰਟ ਲੱਗੇ ਹੋਣਗੇ ਜਾਣ 'ਚ ਅਤੇ ਉਹਨਾਂ ਨੇ ਦੇਖਿਆ ਅਤੇ ਮੇਰੇ ਹਸਬੈਂਡ ਨੂੰ ਦੱਸ ਦਿੱਤਾ ਕਿ ਮਤਲਬ ਕਾਫੀ ਸਰਵਿਕਸ ਓਪਨ ਹੋ ਚੁੱਕੀ ਹੈ ਅਤੇ ਉਮੀਦ ਤਾਂ ਕੋਈ ਨਹੀਂ ਹੈ ਬੱਚੇ ਲੇਕਿਨ ਹਾਂਜੀ ਲੇਕਿਨ ਇਹ ਵੇ ਕਿ ਅਸੀਂ ਟਰਾਈ ਕਰਨੇ ਹਾਂ ਲੇਕਿਨ ਕੋਈ ਨਹੀਂ ਕਿਉਂਕਿ ਪੇਨਸ ਵੀ ਮੈਨੂੰ ਸਟਾਰਟ ਹੋ ਗਈਆਂ ਅਤੇ ਫਿਰ ਉਸ ਤੋਂ ਬਾਅਦ ਬੇਬੀ ਜਦੋਂ ਡਿਲੀਵਰ ਹੋਇਆ ਉਹ ਡੈਡ ਸੀ ਬੇਬੀ ਬੋਆਏ ਸੀ ਹਾਂਜੀ ਬੇਬੀ ਬੋਆਏ ਸੀ ਅਗੇਨ ਫੇਰ ਜਿੱਦਾਂ ਕਹਿੰਦੇ ਹੁੰਦੇ ਦੁੱਖ ਦੇ ਥਾਂ 'ਤੇ ਫੇਰ ਸੱਟ ਲੱਗੀ ਲੇਕਿਨ ਉਸ ਖੁਦਾਵਨ ਨੇ ਮੈਨੂੰ ਹਿੰਮਤ ਦਿੱਤੀ ਸੀ ਇਹ ਸਭ ਕੁਛ ਬਰਦਾਸ਼ਤ ਕਰਨ ਦੀ ਸਿਸਟਰ ਜੀ ਕਾਫੀ ਜਿੱਦਾਂ ਕਹਿੰਦੇ ਹੁੰਦੇ ਵੀ ਹਾਂਜੀ ਇਸ ਵੇਲੇ ਭੈਣ ਭਰਾ ਵੀ ਸੁਣਦੇ ਹੋਊਗੇ ਤਾਂ ਇਹੀ ਫੀਲ ਕਰਦੇ ਹੋਣਗੇ ਕਿ ਖੁਦਾ ਨੇ ਇੱਕ ਬੱਚੀ ਦਿੱਤੀ ਔਰ ਇੱਕ ਬੱਚਾ ਦਿੱਤਾ ਔਰ ਉਹ ਵੀ ਦੋਨੇ ਸੈਕਿੰਡ ਟਾਈਮ ਟ੍ਰੈਜਡੀ ਵਿੱਚ ਹੋ ਗਏ ਜੀ ਪਰ ਫਿਰ ਤੁਸੀਂ ਖੁਦਾ ਨੇ ਤੁਹਾਨੂੰ ਬਰਕਤਾਂ ਹੋਰ ਵੀ ਦਿੱਤੀਆਂ ਹੈਗੀਆਂ ਬੱਚਿਆਂ ਦੇ ਜੀ ਫਿਰ ਬੱਚਾ ਆਇਆ ਹਾਂਜੀ ਉਹਦਾ ਨਾਂ ਕੀ ਰੱਖਿਆ ਤੁਸੀਂ ਉਹਦਾ ਨਾਂ ਕਾਮਰਾਨ ਕਾਮੀ ਜਿਸ ਅਸੀਂ ਕਹਿੰਦੇ ਹਾਂਜੀ ਜਿਹੜਾ ਪਾਕਿਸਤਾਨ 'ਚ ਪਾਕਿਸਤਾਨ ਦੇ ਵਿੱਚ ਜੀ ਤਾਂ ਉਸ ਤੋਂ ਬਾਅਦ ਫਿਰ ਬੱਚਾ ਇੱਕ ਹੋਰ ਤੁਹਾਡੇ ਖੁਦਾ ਨੇ ਬੇਟਾ ਦਿੱਤਾ ਤੁਹਾਨੂੰ ਸੁਲੇਮਾਨ ਹਾਂਜੀ ਔਰ ਉਹ ਤੋਂ ਬਾਅਦ ਫਿਰ ਇੱਕ ਹੋਰ ਬੱਚੀ ਦਿੱਤੀ ਹਾਂਜੀ ਉਹ ਆਪਣਾ ਕਿੰਨੇ 6 ਸਾਲ ਬਾਅਦ ਖੁਦਾ ਨੇ ਮੈਨੂੰ ਬੇਟੀ ਦਿੱਤੀ ਔਰ ਜਦ ਬੇਟੀ ਵਾਰੀ ਮੈਂ ਪ੍ਰੈਗਨੈਂਟ ਸਾਂ ਅਤੇ ਮੇਰੇ ਹਸਬੈਂਡ ਕਹਿੰਦੇ ਸਨ ਸਭ ਨੂੰ ਕਹਿੰਦੇ ਸਨ ਦੁਆ ਕਰੋ ਖੁਦਾ ਮੈਨੂੰ ਬੇਟੀ ਦੇਵੇ ਹਾਂਜੀ ਕਿਉਂਕਿ ਮੇਰੇ ਕੋਲ 2 ਬੇਟੇ ਨੇ ਅਤੇ ਮੈਨੂੰ ਬੇਟੀ ਚਾਹੀਦੀ ਹੈ ਔਰ ਖੁਦਾ ਨੇ ਸੁਣੀ ਉਹ ਵੀ ਸੁਣੀ ਹਾਂਜੀ ਸਿਸਟਰ ਜੀ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਕਦੋਂ ਪਾਇਆ ਕੈਥਲਿਕ ਤੁਸੀਂ ਬੈਕਗ੍ਰਾਊਂਡ ਦੇ ਸੀ ਪਰ ਤੁਹਾਡੀ ਰਿਲੇਸ਼ਨਸ਼ਿਪ ਖੁਦਾਵੰਦ ਯਿਸੂ ਮਸੀਹ ਨਾਲ ਵੀ ਕਿੱਦਾਂ ਮਜ਼ਬੂਤ ਹੋਈ ਸਹੀ ਮਾਨਿਆਂ 'ਚ ਮੈਂ ਤੁਹਾਨੂੰ ਦੱਸਾਂ ਮੈਂ ਦੁਆ ਜ਼ਰੂਰ ਕਰਦੀ ਸਾਂ ਲੇਕਿਨ ਇੰਨੀ ਜ਼ਿਆਦਾ ਨਹੀਂ ਸੀ ਅਤੇ ਮੇਰੇ ਉੱਥੇ ਇੱਕ ਮੇਰੇ ਜਦੋਂ ਹਸਬੈਂਡ ਦੀ ਡੈਥ ਹੋ ਗਈ ਹੈ ਤਾਂ ਉਸ ਤੋਂ ਬਾਅਦ ਮੇਰੀ ਇੱਕ ਫਰੈਂਡ ਸੀ ਫਿਲੀਪੀਨੋ ਸੀ ਉੱਥੇ ਮੈਟਰਨ ਸੀ ਹੋਸਪਿਟਲ ਦੇ ਵਿੱਚ ਅਤੇ ਉਹ ਮੇਰਾ ਬਹੁਤ ਹੀ ਖਿਆਲ ਰੱਖਦੀ ਹੁੰਦੀ ਸੀ ਕਿਉਂਕਿ ਬੱਚੀ ਛੋਟੀ ਸੀ ਅੱਛਾ ਸੋ ਹਸਬੈਂਡ ਦੀ ਡੈਥ ਕਦੋਂ ਹੋਈ ਨੋਸ਼ੀਨ ਜਿਹੜੀ ਤੁਹਾਡੀ ਬੱਚੀ ਸੀਗੀ ਉਹਦੀ ਪੈਦਾਇਸ਼ ਤੋਂ ਕਿੰਨੀ ਕੁ ਦੇਰ ਬਾਅਦ 4 ਸਾਲ ਬਾਅਦ ਹਾਂਜੀ ਫਿਰ ਟ੍ਰੈਜਡੀ ਫਿਰ ਹਿੱਟ ਹੋਈ ਤਾਂ ਹਾਂਜੀ ਔਰ ਕਾਫੀ ਛੋਟੀ ਉਮਰ ਦੇ ਵਿੱਚ ਫਿਰ ਤੁਸੀਂ ਵਿਡੋ ਬਣ ਗਏ ਹਾਂਜੀ 44 ਸੀ ਏਜ ਮੇਰੀ 42 ਹਾਂ 42 ਉਹ ਮੇਰੇ ਆਈ ਮੇਰੇ ਕੋਲ ਕਹਿੰਦੀ ਹੈ ਮਾਰਗਰੇਟ ਚੱਲ ਮਤਲਬ ਕਿ ਸਾਡੇ ਘਰ ਪ੍ਰੇਅਰ ਹੈ ਅਤੇ ਚੱਲ ਮੈਂ ਕਿਹਾ ਅੱਛਾ ਅੱਛਾ ਮੈਂ ਆਉਂਦੀ ਹਾਂ ਕੋਈ ਨਹੀਂ ਦਿਲ ਨਹੀਂ ਕੀਤਾ ਮੇਰਾ ਕਿਉਂਕਿ ਇਹਨੇ ਉਹ ਨਹੀਂ ਸਿਆਣਾ ਠੀਕ ਹੈ ਖੁਦਾ ਨੂੰ ਮੈਂ ਜ਼ਰੂਰ ਮੰਨਦੀ ਸਾਂ ਲੇਕਿਨ ਮੈਂ ਜ਼ਿਆਦਾ ਖੁਦਾ ਦੇ ਵਿੱਚ ਨਹੀਂ ਸਾਂ ਉਸ ਦਿਨ ਦੁਬਾਰਾ ਉਹਨੇ ਆਪਣੀ ਬੇਟੀ ਨੂੰ ਭੇਜਿਆ ਦੇਖੋ ਮੈਂ ਖੁਦਾ ਦੇ ਨਜ਼ਦੀਕ ਜ਼ਿਆਦਾ ਆਉਣਾ ਸੀ ਅਤੇ ਇਹ ਹੋ ਰਿਹਾ ਸੀ ਮੈਂ ਕਿਉਂਕਿ ਖੁਦਾ ਆਪਣੇ ਬੰਦਿਆਂ ਨੂੰ ਭੇਜਦਾ ਫਿਰ ਉੱਥੇ ਮੈਨੂੰ ਕਹਿਣ ਲੱਗੇ ਕਿ
ਨਹੀਂ ਤੁਸੀਂ ਨਾ ਬਪਤਿਸਮਾ ਲੈਣਾ ਕਿ ਮੈਂ ਤਾਂ ਬਪਤਿਸਮਾ ਲੈ ਲਿਆ ਹੋਇਆ ਬਚਪਨ 'ਚ ਕਹਿੰਦੇ ਨਹੀਂ ਫਿਲੀਪੀਨੋ ਸਨ ਇੰਗਲਿਸ਼ 'ਚ ਮਤਲਬ ਗੱਲਬਾਤ ਕਰਦੇ ਸਨ ਅਤੇ ਕਹਿੰਦੇ ਬਪਤਿਸਮਾ ਲੈਣਾ ਮੈਂ ਕਿਹਾ ਠੀਕ ਹੈ ਮੈਨੂੰ ਰੋਜ਼ ਹੀ ਮੇਰੇ ਲਈ ਦੁਆ ਕਰਨੀ ਮੈਨੂੰ ਰੈਡੀ ਕਰ ਰਹੇ ਸਨ ਪ੍ਰਿਪੇਅਰ ਕਰ ਰਹੇ ਸਨ ਔਰ ਡੇਟ ਵੀ ਆਪਣਾ ਫਿਕਸ ਹੋ ਗਈ ਜਿਸ ਦਿਨ ਮਤਲਬ ਹੋਰ ਵੀ ਦੂਸਰੇ ਵੀ ਲੋਕ ਸਨ ਜਿਨ੍ਹਾਂ ਨੂੰ ਮਤਲਬ ਬੈਪਟਾਈਜ਼ ਹੋਣਾ ਸੀ ਅਤੇ ਮੈਂ ਬਪਤਿਸਮਾ ਲਿਆ ਔਰ ਜਾ ਕੇ ਸਮੁੰਦਰ ਦੇ ਵਿੱਚ ਬਪਤਿਸਮਾ ਲਿਆ ਹਾਂਜੀ ਕਾਫੀ ਮੇਰੇ ਨਾਲ ਸਨ ਚਾਰ ਪੰਜ ਹੋਰ ਸਨ ਜਿਨ੍ਹਾਂ ਨੇ ਬੈਪਟਿਜ਼ਮ ਲਿਆ ਹਾਂਜੀ ਔਰ ਵੇਖੋ ਉਸ ਵੇਲੇ ਜਦ ਕਿ ਬਪਤਿਸਮੇ ਹੋ ਰਹੇ ਸਨ ਡਵ ਦੋ ਡਵ ਉੱਤੋਂ ਦੀ ਇਸ ਤਰ੍ਹਾਂ ਗੁਜ਼ਰੀਆਂ ਨੇ ਅੱਛਾ ਹਾਂਜੀ ਬਹੁਤ ਅੱਛੀ ਗੱਲ ਜੀ ਬਹੁਤ ਅੱਛੀ ਗੱਲ ਜੀ ਵੇਖੋ ਖੁਦਾ ਮਤਲਬ ਕਿ ਕਿਸ ਤਰ੍ਹਾਂ ਮਤਲਬ ਆਪ ਬੰਦਿਆਂ ਨੂੰ ਚੁਣਦਾ ਆਪਣੀ ਸਤਾਇਸ਼ ਲਈ ਆਪਣੀ ਬੰਦਗੀ ਲਈ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਕਾਫੀ ਚੇਂਜ ਹੋ ਗਈ ਮੈਂ ਚਰਚ ਵੀ ਜਾਣਾ ਉਹਨਾਂ ਦੇ ਉਹ ਵੀ ਫਰਾਈਡੇ ਨੂੰ ਚਰਚ ਹੁੰਦਾ ਸੀ ਫਰਾਈਡੇ ਨੂੰ ਜਾਣਾ ਮੇਰੇ ਨਾਲ ਫਿਰ ਇੱਕ ਮੇਰੇ 'ਤੇ ਮਤਲਬ ਮੁਸੀਬਤ ਆਈ ਅੱਛਾ ਹਾਂਜੀ ਕਿ ਮੈਨੂੰ ਪਰਫਿਊਸ ਬਲੀਡਿੰਗ ਸ਼ੁਰੂ ਹੋ ਗਈ ਵਿਦਆਊਟ ਐਨੀਥਿੰਗ ਤਿੰਨ ਚਾਰ ਦਿਨ ਤੱਕ ਮੇਰੇ ਇਸੇ ਤਰ੍ਹਾਂ ਰਹੇ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਕੁਛ ਵੀ ਨਾ ਇਹ ਬੱਚਾ ਸੀ ਇਹਨੂੰ ਮੈਂ ਥੱਲੇ ਭੇਜਣਾ ਜਾ ਮੇਰੇ ਲਈ ਕੁਛ ਲੈ ਕੇ ਆ ਲਿਖ ਦੇਣਾ ਅਤੇ ਉਹ ਜਾ ਕੇ ਅਤੇ ਇਹਨੂੰ ਵਿਚਾਰੇ ਨੂੰ ਲੈ ਕੇ ਆਉਣਾ ਅਤੇ ਨੋਸ਼ੀ ਜਿਹੜੀ ਸੀ ਉਹ ਬਿਲਕੁਲ ਛੋਟੀ ਸੀ ਛੋਟੀ ਸੀ ਹਾਂਜੀ ਫਿਰ ਮੈਂ ਡਾਕਟਰ ਦੇ ਕੋਲ ਗਈ ਅਤੇ ਡਾਕਟਰ ਕਹਿੰਦੇ ਕਿ ਅਸੀਂ ਇਸ ਵਕਤ ਨਾ ਤੇਰਾ ਸਕੈਨ ਕਰ ਸਕਦੇ ਹਾਂ ਕਿਉਂਕਿ ਸਾਨੂੰ ਕੁਛ ਪਤਾ ਨਹੀਂ ਚੱਲਣਾ ਅਤੇ ਕੁਛ ਦਿਨ ਦੇ ਬਾਅਦ ਜਦੋਂ ਕਿ ਬਲੀਡਿੰਗ ਸਟੋਪ ਹੋਈ ਤਾਂ ਫਿਰ ਆਉਣਾ ਮੈਂ ਗਈ ਹਾਂ ਉਹਨਾਂ ਨੇ ਦੇਖਿਆ ਕਿ ਮੇਰੇ ਯੂਟਰਸ ਦੇ ਵਿੱਚ ਦੋ ਫਾਈਬਰੋਇਡ ਨੇ ਕਹਿੰਦੇ ਮਾਰਗਰੇਟ ਇਹ ਤਾਂ ਤੇਰੀ ਨਾ ਕਢਾਉਣੀ ਪੈਗੀ ਯੂਟਰਸ ਹੀ ਪੂਰੀ ਹਾਂਜੀ ਰਾਤ ਨੂੰ ਮੈਂ ਸੁੱਤੀ ਹਾਂ ਸੁਬਾਹ ਉੱਠੀ ਹਾਂ ਅਤੇ ਉੱਠ ਕੇ ਮੈਂ ਬਾਥ ਵਗੈਰਾ ਲੈ ਕੇ ਆਪਣੇ ਆਪ ਨੂੰ ਸਾਫ ਕਰਕੇ ਬੈਠ ਗਈ ਹਾਂ ਜ਼ਮੀਨ 'ਤੇ ਫਰਸ਼ 'ਤੇ ਬੈਠ ਗਈ ਹਾਂ ਮੈਂ ਕਿਹਾ ਖੁਦਾਵੰਦ ਤੇਰੇ ਕਲਾਮ 'ਚ ਲਿਖਿਆ ਯਰਮੀਆਂ 62:26 ਮੈਂ ਖੁਦਾਵੰਦ ਹਰ ਬਸ਼ਰ ਕਾ ਖੁਦਾ ਹਾਂ ਮੇਰੇ ਲਈ ਕੋਈ ਕਾਮ ਦੁਸ਼ਵਾਰ ਹੈ ਕੋਈ ਮੁਸ਼ਕਿਲ ਹੈ ਮੈਨੇ ਕਿਹਾ ਤੇਰੇ ਕਲਾਮ ਨੇ ਖੁਦਾਵੰਦ ਲਿਖਾ ਹੋਇਆ ਕਿ ਤੇਰੇ ਅੱਗੇ ਕੋਈ ਚੀਜ਼ ਮੁਸ਼ਕਿਲ ਨਹੀਂ ਹੈ ਤੋ ਕਿਆ ਇਹ ਨਹੀਂ ਹੋ ਸਕਦਾ ਕਿ ਜਬ ਮੇਰਾ ਅਲਟਰਾਸਾਊਂਡ ਹੋ ਮੇਰੀ ਯੂਟਰਸ 'ਚ ਕੁਛ ਵੀ ਨਾ ਹੋਏ ਖੁਦਾਵੰਦ ਨੇ ਉਸ ਵਕਤ ਮੇਰੀ ਦੁਆ ਸੁਣੀ ਮੈਂ ਗਈ ਹਾਂ ਜਿਹੜੇ ਜਿਹੜੇ ਡਾਕਟਰ ਮੇਰੇ ਅਲਟਰਾਸਾਊਂਡ ਕਰਦੇ ਸਾਰੇ ਇਸ ਤਰ੍ਹਾਂ ਮੈਨੂੰ ਉਹਨਾਂ ਨੇ ਟੇਬਲ 'ਤੇ ਲਟਾ ਦਿੱਤਾ ਅਤੇ ਉਹ ਜਿਹੜਾ ਕੰਸਲਟੈਂਟ ਸੀ ਉਹਨੇ ਨਾ ਸ਼ੁਰੂ ਕੀਤਾ ਮੈਨੂੰ ਦੇਖਣਾ ਮਤਲਬ ਕਿ ਹਾਂਜੀ ਜੈਲ ਲਗਾਈ ਮੇਰੇ ਔਰ ਦੂਸਰੇ ਡਾਕਟਰ ਜਿਹੜੇ ਸਾਰੇ ਆਲੇ ਦੁਆਲੇ ਨਾ ਮੇਰੇ ਖਲੋਤੀਆਂ ਉਹਨੇ ਇੱਕ ਵਾਰ ਕੀਤਾ ਉਹਨੂੰ ਕੋਈ ਚੀਜ਼ ਨਜ਼ਰ ਨਹੀਂ ਆਈ ਦੂਸਰੀ ਵਾਰੀ ਕਹਿੰਦੇ ਕਿੱਥੇ ਨੇ ਕਿੱਥੇ ਫਾਈਬਰਡ ਉਹ ਦੂਸਰੇ ਡਾਕਟਰ ਕਹਿੰਦੇ ਨਹੀਂ ਅਸੀਂ ਆਪ ਹੀ ਵੇਖਿਆ ਕਹਿੰਦੇ ਇੱਥੇ ਤਾਂ ਕੁਛ ਵੀ ਨਹੀਂ ਕੁਛ ਨਹੀਂ ਆ ਪ੍ਰੇਜ਼ ਗੋਡ ਹਾਂਜੀ ਤੇ ਮੈਂ ਉਸ ਵਕਤ ਪਾਗਲਾ ਮੰਗਰ ਦੌੜੀ ਹਾਂ ਉੱਥੋਂ ਟੇਬਲ ਤੋਂ ਉੱਤਰ ਕੇ ਦੌੜੀ ਹਾਂ ਅਤੇ ਮੇਰੀ ਜਿਹੜੀ ਸੀ ਫਰੈਂਡ ਜਿਸ ਨੇ ਮੈਨੂੰ ਮਤਲਬ ਕਿ ਖੁਦਾ ਵੱਲ ਕੀਤਾ ਜ਼ਿਆਦਾ ਉਹ ਸੀ ਉਹਦੇ ਵੱਲ ਗਈ ਹਾਂ ਕਿਉਂਕਿ ਉਹ ਆਪਣੇ ਔਫਿਸ 'ਚ ਬੈਠੀ ਮੈਂ ਕਿਹਾ ਸਿਸਟਰ ਲੋੜ ਨਾ ਜ਼ੋਰ ਜ਼ੋਰ ਦੇ ਮੈਂ ਬੋਲਦੀ ਸਿਸਟਰ ਲੋੜ ਨਾ
ਕਹਿੰਦੀ ਆ ਵਾਟ ਹੈਪਨ ਮਾਰਗਰੇਟ ਮੇਰੇ ਅੱਖਾਂ 'ਚੋਂ ਆਂਸੂ ਅਤੇ ਮੈਂ ਕਹਾਂ ਕਿ ਆਮ ਹੀਲਡ ਉੱਥੇ ਅਸੀਂ ਦੁਆ ਸ਼ੁਰੂ ਕੀਤੀ ਉੱਥੇ ਸਾਰੇ ਲੋਕ ਸਾਨੂੰ ਦੇਖਣ ਡੇ ਨੇ ਅਸੀਂ ਇਹ ਨਹੀਂ ਵੇਖਿਆ ਕਿ ਮਤਲਬ ਲੋਕ ਸਾਨੂੰ ਦੇਖ ਰਹੇ ਨੇ ਅਤੇ ਅੱਛਾ ਨਹੀਂ ਉਸ ਵਕਤ ਜੋ ਵੀ ਆਇਆ ਜ਼ਿਹਨ 'ਚ ਦਿਮਾਗ 'ਚ ਜ਼ਬਾਨ 'ਤੇ ਅਸੀਂ ਖੁਦਾਵਾਂ ਦੀ ਤਾਰੀਫ ਕੀਤੀ ਫਿਰ ਉਸ ਤੋਂ ਬਾਅਦ ਖੁਦਾਵਨ ਨੇ ਮੈਨੂੰ ਇੱਕ ਗਿਫਟ ਦਿੱਤਾ ਜੋ ਕਿ ਉਹ ਮੇਰੇ ਬੇਟਾ ਸੁਲੇਮਾਨ ਨਹੀਂ ਹੈ ਰਾਤ ਨੂੰ ਮਤਲਬ ਸੁੱਤਾ ਅਸੀਂ ਸੁੱਤੇ ਹੋਏ ਸਾਂ ਤਿੰਨੇ ਜਣੇ ਮਤਲਬ ਨੋਸ਼ੀ ਅਤੇ ਸੁਲੀ ਅਤੇ ਮੈਂ ਸੁਬਹਾ ਉੱਠ ਕੇ ਕਹਿੰਦਾ ਕਿ ਮੰਮਾ ਮੈਨੇ ਤੂੰ ਅੱਜ ਇੱਕ ਖਾਬ ਬੜਾ ਅੱਛਾ ਦੇਖਿਆ ਮੈਂ ਕਿਹਾ ਕਿਹਾ ਕਹਿੰਦੇ ਮੈਨੇ ਜੀਸਸ ਕੋ ਦੇਖਾ ਰਾਤ ਕੋ ਹਾਂਜੀ ਕਹਿੰਦੀ ਮੈਨੇ ਜੀਸਸ ਕੋ ਦੇਖਾ ਵੋ ਆਪਕੇ ਪਾਸ ਖੜੇ ਹੈ ਮੈਨੇ ਕਿਹਾ ਕਿਉਂ ਕਹਿੰਦੇ ਹੈ ਵੋ ਆਪਕੋ ਕਹਿ ਰਹੇ ਹੈ ਕਿ ਮੈਂ ਆਪਕੋ ਹੀਲਿੰਗ ਪਾਵਰ ਦੇਤਾ ਹੂੰ ਜਿਸ ਕਿਸੇ ਕੇ ਲੀਏ ਤੂੰ ਦੁਆ ਕਰੇਗੀ ਵੋ ਠੀਕ ਹੋ ਜਾਏਗਾ ਹਾਂਜੀ ਪ੍ਰੇਜ਼ ਗੋਡ ਹਾਂਜੀ ਔਰ ਉਸ ਖੁਦਾ ਨੇ ਮੈਨੂੰ ਬਹੁਤ ਬਲੈਸ ਕੀਤਾ ਸੀ ਉਸ ਤੋਂ ਬਾਅਦ ਕਾਫੀ ਮਤਲਬ ਕਿ ਮੈਂ ਲੋਕਾਂ ਲਈ ਦੁਆ ਕੀਤੀ ਔਰ ਹਾਂਜੀ ਔਰ ਉੱਥੇ ਹੀ ਇੱਕ ਅਸੀਂ ਲੇਬਰੂਮ 'ਚ ਡਿਊਟੀ ਕਰ ਰਹੇ ਸੀ ਮੇਰੇ ਨਾਲ ਇੱਕ ਦੂਸਰੀ ਫਿਲੀਪੀਨੋ ਸੀ ਐਵੈਂਜਲੀਨ ਸੀ ਉਹਦਾ ਨਾਂ ਉਹ ਵੀ ਉਸੇ ਗਰੁੱਪ 'ਚ ਜਿਸ ਗਰੁੱਪ 'ਚ ਮੈਂ ਮਤਲਬ ਜਾਂਦੀ ਸਾਂ ਦੁਆ ਕਰਦੀ ਸਾਂ ਅਤੇ ਉਹ ਵੀ ਉਸੇ 'ਚ ਹੀ ਸੀ ਇੱਕ ਔਰਤ ਸੀ ਬਹੁਤ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਨਾ ਸੇਮ ਸਿਚੁਏਸ਼ਨ ਦੇ ਵਿੱਚ ਸੀ ਲੇਬਰ 'ਚ ਹਾਂਜੀ ਔਰ ਤਕਲੀਫ ਦੇ ਵਿੱਚ ਇੰਨੀ ਕੁ ਸੀ ਕਿ ਬਰਦਾਸ਼ਤ ਨਹੀਂ ਸੀ ਹੋ ਰਿਹਾ ਖੁਦਾਵੰਦ ਦੇ ਰੂਹ ਨੇ ਮੈਨੂੰ ਗਾਈਡ ਕੀਤਾ ਇਸ ਇਹਦੇ ਲਈ ਦੁਆ ਕਰੋ ਮੈਂ ਫਿਰ ਉਹਨੂੰ ਐਵੈਂਜਲੀਨ ਨੂੰ ਕਿਹਾ ਕਿ ਭੈਣ ਜੀ ਮੈਨੂੰ ਖੁਦਾ ਨੇ ਬੋਲਿਆ ਕਿ ਇਸ ਕੇ ਲੀਏ ਦੁਆ ਕਰੇ ਕਹਿੰਦੀ ਹੈ ਇਹ ਦੁਆ ਸੁਣੇਗੀ ਸਾਡੀ ਮੈਂ ਕਿਹਾ ਨਹੀਂ ਸੁਣੇਗੀ ਮੈਨੂੰ ਪੁੱਛਣੀ ਆ ਕਿਉਂਕਿ ਅਰਬੀ ਬੋਲਦੇ ਸਨ ਅਤੇ ਉਹ ਕਹਿੰਦੀ ਮੈਨੂੰ ਤਾਂ ਇੰਨੀ ਅਰਬੀ ਨਹੀਂ ਆਉਂਦੀ ਅਤੇ ਤੂੰ ਮੈਨੂੰ ਬੋਲ ਦੱਸ ਇਹਨੂੰ ਪੁੱਛ ਸੁ ਮੈਂ ਕਿਹਾ ਤੇਰੇ ਲਈ ਅਸੀਂ ਸੱਲੀ ਕਰੀਏ ਕਿਉਂਕਿ ਉਹ ਅਰਬੀ 'ਚ ਸੱਲੀ ਕਹਿੰਦੇ ਸਨ ਦੁਆ ਨੂੰ ਹਾਂਜੀ ਅਤੇ ਕਹਿੰਦੀ ਹੈ ਕਿ ਪਹਿਲਾਂ ਤਾਂ ਚੁੱਪ ਕਰ ਫਿਰ ਕਹਿੰਦੀ ਹੈ ਹਾਂ ਕਿਉਂਕਿ ਉਹ ਤਕਲੀਫ ਦੇ ਵਿੱਚ ਸੀ ਬਹੁਤ ਜ਼ਿਆਦਾ ਅਤੇ ਅਸੀਂ ਨਾ ਉਹਦੇ ਲਈ ਦੁਆ ਉਹਦੇ ਪੇਟ 'ਤੇ ਹੱਥ ਰੱਖ ਕੇ ਉਹਦੇ ਲਈ ਦੁਆ ਕਰਨੀ ਸ਼ੁਰੂ ਕੀਤੀ ਉਹ ਚੁੱਪ ਕਰ ਗਈ ਨਹੀਂ ਤਾਂ ਸ਼ੋਰ ਇੰਨਾ ਕੁ ਮਚਾ ਰਹੀ ਸੀ ਨਾ ਕਿ ਬਹੁਤ ਜ਼ਿਆਦਾ ਅਤੇ ਉਹ ਜਦੋਂ ਅਸੀਂ ਦੁਆ ਸ਼ੁਰੂ ਕੀਤੀ ਹੈ ਆਰਾਮ ਹਾਂਜੀ ਅਤੇ ਦੁਆ ਅਸੀਂ ਖਤਮ ਕਰ ਦਿੱਤੀ ਅਸੀਂ ਆਪਣੀ ਜਗ੍ਹਾ 'ਤੇ ਆ ਗਏ ਹਾਂ ਮਤਲਬ ਟੇਬਲ ਜਿੱਥੇ ਲੁਕਣਾ ਲੁਕਣਾ ਹੁੰਦਾ ਉੱਥੇ ਆ ਗਏ ਅੱਧੇ ਘੰਟੇ ਬਾਅਦ ਉਹ ਫੁੱਲੀ ਹੀਲਡ ਹਾਂਜੀ ਅੱਧੇ ਘੰਟੇ ਬਾਅਦ ਫੁੱਲੀ ਹੋ ਗਈ ਨੀਅਰਲੀ ਟੂ ਡਿਲੀਵਰ ਹਾਂਜੀ ਡਿਲੀਵਰ ਹੋ ਗਈ ਪ੍ਰਾਈਜ਼ ਗੋਡ ਹਾਂਜੀ ਉਸ ਤੋਂ ਬਾਅਦ ਉਹਨੇ ਉੱਤੇ ਜਾ ਕੇ ਕਿਉਂਕਿ ਸ਼ਿਫਟ ਕਰ ਦਿੱਤਾ ਨਾ ਲਿਵਰੂਮ 'ਚੋਂ ਉੱਤੇ ਜਾ ਕੇ ਕਹਿੰਦੀ ਹੈ ਕਿ ਥੱਲੇ ਇੱਕ ਸਿਸਟਰ ਮਾਰਗਰੇਟ ਉਹਨੇ ਮੇਰੇ ਲਈ ਦੁਆ ਕੀਤੀ ਸੱਲੀ ਕੀਤੀ ਅਤੇ ਮੈਂ ਮਤਲਬ ਕਿ ਬੇਬੀ ਨੂੰ ਬਰਥ ਦਿੱਤਾ ਹਾਂਜੀ ਇਸੇ ਤਰ੍ਹਾਂ ਕਾਫੀ ਮੇਰੇ ਕੋਲ ਨਾ ਆ ਕੇ ਇਕੱਠੀਆਂ ਹੋ ਗਈਆਂ ਬਹੁਤ ਤਕਲੀਫਾਂ ਆਈਆਂ ਬਹੁਤ ਹੀ ਜਿੱਦਾਂ ਕਹਿੰਦੇ ਹੁੰਦੇ ਦੁੱਖ ਦੀਆਂ ਆਪਾਂ ਗੱਲਾਂ ਸੁਣੀਆਂ ਹੈਗੀਆਂ ਹਾਲੇ ਬ੍ਰਦਰ ਦੀ ਵੀ ਜਦੋਂ ਡੈਥ ਹੋਈ ਉਹ ਵੀ ਕਾਫੀ ਛੋਟੀ ਉਮਰ ਦੇ ਵਿੱਚ ਤੁਰ ਗਿਆ ਪਰ ਖੁਦਾਵੰਦ ਦਾ ਪੱਲਾ ਤੁਸੀਂ ਨਹੀਂ ਛੱਡਿਆ ਔਰ ਖੁਦਾਵੰਦ ਨੇ ਤੁਹਾਡਾ ਸਾਥ ਨਹੀਂ ਛੱਡਿਆ ਔਰ ਅੱਜ ਤਿਕਰ ਤਾਂ ਹੀ ਵੀ ਤੁਹਾਨੂੰ ਉਹ ਬਰਕਤ ਦਿੰਦਾ ਹੈਗਾ ਇਸ ਵੇਲੇ ਆਪਣੇ ਸਰੋਤੇ ਕਾਫੀ ਪ੍ਰੋਗਰਾਮ ਦੇਖ ਰਹੇ ਹੈਗੇ ਆ ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਉਹਨਾਂ ਨੂੰ ਕੋਈ ਤਸੱਲੀ ਜਾਂ ਕੋਈ ਜਿੱਦਾਂ ਕਹਿੰਦੇ ਸਲਾਹ ਜਾਂ ਸ਼ਾਇਦ ਉਹ ਵੀ ਵਿਚਾਰੇ ਇਸੇ ਹਾਲਾਤ ਦੇ ਵਿੱਚ ਜਾਂਦੇ ਹੋਊਗੇ ਤਾਂ ਕਿਉਂ ਨਾ ਤੁਸੀਂ ਉਹਨਾਂ ਨਾਲ ਸ਼ੇਅਰ ਕਰੋ ਕਿ ਜਿਹੜਾ ਭਾਰ ਤੁਸੀਂ ਵੀ ਉਹਨਾਂ ਨਾਲ ਥੋੜ੍ਹਾ ਕੁ ਸਾਂਝੀ ਕਰ ਸਕੋਗੇ ਇਸ ਵਕਤ ਜੋ ਵੀ ਮੈਨੂੰ ਦੇਖ ਰਿਹਾ ਮੈਂ ਉਹਨਾਂ ਨੂੰ ਇਹੀ ਕਹਾਂਗੀ
ਕਿ ਮੇਰੀ ਜ਼ਿੰਦਗੀ ਤੋਂ ਤੁਸੀਂ ਸਬਕ ਸਿੱਖੋ ਕਿ ਮੇਰੀ ਜ਼ਿੰਦਗੀ 'ਚ ਵੀ ਕਾਫੀ ਮੁਸ਼ਕਲਾਂ ਆਈਆਂ ਸਨ ਲੇਕਿਨ ਮੇਰੇ ਖੁਦਾ ਨੇ ਮੇਰੀਆਂ ਹੱਲ ਕੀਤੀਆਂ ਕਿਉਂਕਿ ਮੈਂ ਖੁਦਾਵੰਦ ਨੂੰ ਛੱਡਿਆ ਨਹੀਂ ਅਤੇ ਤੁਸੀਂ ਵੀ ਸਬਰ ਕਰੋ ਅਤੇ ਖੁਦਾਵੰਦ ਦੇ ਨਾਲ ਜੁੜੇ ਰਹੋ ਤਾਂ ਕਿ ਤੁਹਾਡੀਆਂ ਵੀ ਮੁਸ਼ਕਲਾਂ ਹੱਲ ਹੋਣ ਅਤੇ ਖੁਦਾਵੰਦ ਨੂੰ ਜਲਾਲ ਦੇਵੋ ਤੁਸੀਂ ਆਮੇਨ ਬਹੁਤ ਹੀ ਅੱਛਾ ਹਾਂਜੀ ਲਫਜ਼ ਤੁਸੀਂ ਚੁਣ ਕੇ ਕਹੇ ਹੈਗੇ ਔਰ ਮੈਂ ਇਹ ਵੀ ਚਾਹੂੰਗਾ ਕਿ ਇੱਕ ਚੀਜ਼ ਮੈਂ ਨਹੀਂ ਕਵਰ ਕੀਤੀ ਹੁਣ ਜਾਣ ਤੋਂ ਪਹਿਲਾਂ ਉਹ ਵੀ ਕਰ ਦਿਉ ਕਿ ਛੋਟਾ ਜਿਹਾ ਗਾਣਾ ਵੀ ਸਾਨੂੰ ਸੁਣਾ ਦਿਉ ਇਸ ਵੇਲੇ ਸੁਣ ਰਹੇ ਹੈਗੇ ਤੁਸੀਂ ਕਿ ਗਾ ਕੇ ਤਾਂ ਤੁਸੀਂ ਆਪਣਾ ਦਿਲ ਵੀ ਹਲਕਾ ਕਰ ਸਕਦੇ ਹਾਂ ਔਰ ਖੁਦਾ ਦੀ ਤਾਰੀਫ ਵੀ ਕਰ ਸਕਦੇ ਹੈਗੇ ਹਾਂ ਤੇਰਾ ਕਲਾਮ ਜ਼ਮਾਨੇ ਮੇਂ ਐ ਖੁਦਾਵੰਦਾ ਤੇਰਾ ਕਲਾਮ ਜ਼ਮਾਨੇ ਮੇਂ ਐ ਖੁਦਾਵੰਦਾ ਅਸਰ ਦਿਖਾ ਕੇ ਰਹਾ ਜਿਸ ਵੀ ਰੂਪ ਮੇਂ ਆਇਆ ਅਸਰ ਦਿਖਾ ਕੇ ਰਹਾ ਜਿਸ ਵੀ ਰੂਪ ਮੇਂ ਆਇਆ ਤੇਰਾ ਕਲਾਮ ਜ਼ਮਾਨੇ ਮੇਂ ਐ ਖੁਦਾਵੰਦਾ ਨਾ ਥਾ ਵਜੂਦ ਕਿਸੀ ਸ਼ੈ ਕਾ ਜਬ ਜ਼ਮਾਨੇ ਮੇਂ ਨਾ ਥਾ ਵਜੂਦ ਕਿਸੀ ਸ਼ੈ ਕਾ ਜਬ ਜ਼ਮਾਨੇ ਮੇਂ ਖੁਦਾਇਆ ਤੂੰ ਥਾ ਤੇਰੇ ਸਾਥ ਤੇਰਾ ਕਲਮਾ ਥਾ ਅਸਰ ਦਿਖਾ ਕੇ ਰਹਾ ਜਿਸ ਵੀ ਰੂਪ ਮੇਂ ਆਇਆ ਅਸਰ ਦਿਖਾ ਕੇ ਰਹਾ ਜਿਸ ਵੀ ਰੂਪ ਮੇਂ ਆਇਆ ਤੇਰਾ ਕਲਾਮ ਜ਼ਮਾਨੇ ਮੇਂ ਐ ਖੁਦਾਵੰਦਾ ਬਹੁਤ ਹੀ ਅੱਛਾ ਸਿਸਟਰ ਜੀ ਬਹੁਤ ਹੀ ਅੱਛਾ ਖੁਦਾ ਨੇ ਬੜੀ ਬਰਕਤ ਦਿੱਤੀ ਹੈ ਆਵਾਜ਼ ਦੇ ਵਿੱਚ ਵੀ ਔਰ ਥੋੜ੍ਹਾ ਜਿਹਾ ਮੈਨੂੰ ਹੋ ਗਿਆ ਸੀ ਬਹੁਤ ਅੱਛੀ ਆਵਾਜ਼ ਹੈ ਔਰ ਮੈਂ ਇਹੀ ਕਹਿਣਾ ਚਾਹੁੰਦਾ ਆਖਿਰ ਦੇ ਵਿੱਚ ਕਿ ਥੈਂਕ ਯੂ ਸੋ ਮੱਚ ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਔਰ ਥੈਂਕ ਯੂ ਫੋਰ ਟੇਕਿੰਗ ਦ ਟਾਈਮ ਆਊਟ ਕਿ ਤੁਸੀਂ ਆਪਣੇ ਕੀਮਤੀ ਵਕਤ ਕੱਢ ਕੇ ਅਤੇ ਸਾਡੇ ਨਾਲ ਅੱਜ ਮੁਲਾਕਾਤ ਕੀਤੀ ਹੈਗੀ ਹੈ ਆਪਕਾ ਵੀ ਥੈਂਕ ਯੂ ਜਿਹਨਾਂ ਨੇ ਮੈਨੂੰ ਇਹ ਅਪਰਚੁਨਿਟੀ ਦੀ ਕਿ ਮੈਂ ਖੁਦਾਵੰਦ ਕਾ ਕਲਾਮ ਖੁਦਾਵੰਦ ਕੇ ਬਾਤੇਂ ਸ਼ੇਅਰ ਕਰ ਸਕੂੰ ਕਿ ਖੁਦਾਵੰਦ ਨੇ ਮੈਨੂੰ ਕੈਸੇ ਹਰ ਮੁਸ਼ਕਲ ਮੇਂ ਮੇਰਾ ਸਾਥ ਦਿਆ ਥੈਂਕ ਯੂ ਸਿਸਟਰ ਜੀ ਇੱਕ ਮਸੀਹੀ ਔਰਤ ਹੋ ਕੇ ਮਾਰਗਰੇਟ ਜੀ ਮਸੀਹ ਦਾ ਪਿਆਰ ਔਰ ਮਸੀਹ ਦਾ ਪ੍ਰਚਾਰ ਕਰ ਰਹੇ ਹੈਗੇ ਇਹ ਇੱਕ ਬਹੁਤ ਵੱਡੀ ਕਮਿਟਮੈਂਟ ਹੈ ਇਸ ਕਾਲਿੰਗ ਲਈ ਦਲੇਰੀ ਔਰ ਰੂਹਾਨੀ ਬਰਕਤ ਚਾਹੀਦੀ ਹੈਗੀ ਖੁਦਾ ਦਾ ਵਚਨ ਦੱਸਦਾ ਹੈ The Bible teaches us that we will be rewarded for our hard work, that we should honor God in all that we do, and that work can be something with a spiritual purpose. Khudavan sister Margaret nu bahut barkat deve. Shukriya, meherbani, thank you for joining me. Yaad rakhna notification button nu on kar lena aur channel nu subscribe zarur karna. Agle program nu miss nahi karna. Dekhte rehna aur barkat pauna. Jai Masih ki.